सत श्री अकाल, मैं जसविंदर पाल चैनीशान पंजाबी तुहाड़ा स्वागत है। तो इस समय एक अरदास यही की जा सकती है कि पंजाब विच बेअदबियां दियां घटनावां किस तरह रुकणगियां, ते इह वी गल की जा रही है बेअदबी दियां घटनावां सूबे की शांति नूं भी बिगाड़ियां ते लोकां दियां भावनावां ते भी वड्डा हमला हुंदा नज़र आ रहा है। इस तरह की एक खबर, माड़ी खबर आई है बटाला दे पिंड तों, बटाला ग्रंथियां तो, जिथे एक बेअदबी हुई है जिस विच पिंड दे लोकां दा कहना है कि उत्थे कुछ शरारती बंदियां ने तीन धार्मिक पोथियां जानी कि पवित्र पोथियां नूं अग ला दित्ती गई, नाल गुरु साहिब दियां कुछ फोटोआं नाल भी अग ला दित्ती गई है। तो अग लाउण तों बाद फरार हो गए ने। पिंड वासियां च काफ़ी गुस्सा है ते पिंड वासी कहिंदे ने, दूसरे पासे पुलिस कहती है असी एक्शन विच जल्दी ही दोषी फड़ ले जाणगे। मेरा नाम जी गुरजीत सिंह। सर देखो जी, जे तो सरकार साढ़े हक दे विच बोले, सिखां दे हक दे विच बोले, एक तो उहदे वास्ते साढ़े सरकार नूं चाहीदा कि कोई इहो जी धारा की जाए 302 होगी जां 153 121 लगे कि देश विरोधी गतिविधियां जां UAPA की धारा ला के इन्हां नूं लंबे समय वास्ते जेल दे विच बंद किया जाए ता कि आने वाले समय दे विच इन्हां लोकां नूं डर पै सके ਵੀ ਯਾਰ ਇਹ ਅਸੀਂ ਗਲਤ ਕੰਮ ਕਰ ਰਹੇ ਹਾਂ। ਅਤੇ ਸਰਕਾਰ ਨੂੰ ਸਾਡੀ ਇਹੀ ਬੇਨਤੀ ਆ ਵੀ ਜਾਂ ਤਾਂ ਇਹਨਾਂ 'ਤੇ ਵੱਧ ਤੋਂ ਵੱਧ ਧਾਰਾ ਲਾ ਕੇ ਇਹਨਾਂ ਨੂੰ ਅੰਦਰ ਰੱਖਿਆ ਜਾਵੇ, ਜੇ ਨਹੀਂ ਤਾਂ ਫਿਰ ਖਾਲਸਾ ਦੀ ਰਵਾਇਤ ਹੈਗੀ ਆ, ਖਾਲਸੇ ਦੀ ਰਵਾਇਤ ਦੇ ਅਨੁਸਾਰ ਜੋ ਵੀ ਸੋਧਾ ਲੱਗੂ ਫਿਰ ਤਾਂ ਉਹ ਹੀ ਚੱਲੇਗਾ ਜੀ। ਅੱਜ ਕੀਤਾ ਕੀ ਗਿਆ ਵਾ? ਅੱਜ ਜੀ ਸਵੇਰੇ 10 ਵਜੇ ਦੀ ਗੱਲ ਆ ਜੀ, ਫੋਨ ਆਇਆ ਸਾਨੂੰ ਅਤੇ ਮੈਂ ਉੱਥੇ ਗਿਆ ਜੀ ਮੌਕੇ 'ਤੇ, ਦੇਖਿਆ ਦਾਣਾ ਮੰਡੀ ਦੇ ਉੱਤੇ ਕੰਢੇ ਦੇ ਉੱਤੇ ਗੁਰੂ ਸਾਹਿਬ ਦੇ ਗੁਟਕੇ ਸਾਹਿਬ ਆ 3 ਜੀ, ਉਹਦੇ ਵਿੱਚ ਨਾਲ 6 ਗੁਰੂ ਸਾਹਿਬ ਦੀਆਂ ਫੋਟੋਆਂ ਨੇ ਅਤੇ ਹੋਰ ਵੀ ਗੁਰੂ ਸਾਹਿਬ ਦੇ ਨਾਂ ਰਿਲੇਟਡ ਜਿੰਨਾ ਵੀ ਲਿਟਰੇਚਰ ਸਾਰਾ ਜੀ ਉਹਦੇ ਵਿੱਚ ਉਹਨਾਂ ਨੇ ਰੱਖ ਕੇ ਇੱਕ ਸਾਈਡ 'ਤੇ ਰੱਖਿਆ ਸੀਗਾ, ਰੁਮਾਲੇ ਖਿਲਾਰੇ ਸੀਗੇ ਆਪਣੇ ਵੱਲੋਂ, ਤਾਂ ਉਹ ਅਗਨ ਭੇਟ ਕਰਕੇ ਚਲ ਗਏ ਆ ਜੀ। ਅੱਗ ਲੱਗੀ ਸੀ, ਪਤਾ ਨਹੀਂ ਬਾਅਦ ਵਿੱਚ ਲੱਗੀ ਹੈ ਜਾਂ ਪਹਿਲਾਂ ਲੱਗੀ ਸੀ, ਪਰ ਉਹ ਬੁੱਝ ਗਈ ਸੀਗੀ ਜਦੋਂ ਜਾ ਕੇ ਅਸੀਂ ਵੇਖਿਆ ਜੀ। ਅਤੇ ਉਹ ਮੁੜ ਕੇ SSP ਬਟਾਲਾ ਤੋਂ ਉਹਨਾਂ ਨੂੰ ਤਲਾਹ ਦਿੱਤੀ ਹੈ ਜੀ, DSP ਸਾਹਿਬ ਆਏ ਆ, ਉਹਨਾਂ ਨੇ ਆ ਕੇ ਫਿਰ ਚਲੋ ਸਾਡੇ ਨਾਲ ਕੋਆਪਰੇਟ ਕੀਤਾ ਵਾ, ਉਸੇ ਟਾਈਮ ਮੁਕੱਦਮਾ ਦਰਜ ਕਰਕੇ FIR ਨੰਬਰ 44 ਕਰਤੀ ਆ। ਅਤੇ ਉਹ ਕਹਿੰਦੇ ਸੀਗੇ ਕਿ ਅਸੀਂ ਇਨਵੈਸਟੀਗੇਸ਼ਨ ਕਰਕੇ ਬੰਦੇ ਨੂੰ ਫੜ ਕੇ ਅਤੇ ਉਹ 'ਤੇ ਵਾਧੇ ਧਾਰਾ ਵੀ ਕਰਾਂਗੇ ਜੋ ਸਾਡੇ ਕੋਲ ਵੱਧ ਤੋਂ ਵੱਧ ਹੋਇਆ, ਵਾਧਾ ਜ਼ੁਰਮ ਵੀ ਕਰਾਂਗੇ। ਹਾਂਜੀ ਕਰਨਵੀਰ ਸਿੰਘ ਜੀ। ਹਾਂਜੀ ਕੀ ਕਹਿਣਾ ਜੀ? ਕਹਿਣਾ ਜੀ ਬਹੁਤ ਮੰਦਭਾਗ ਘਟਨਾ ਵਾ, ਇਹਦੇ ਬਾਰੇ ਕੀ ਬਿਆਨ ਕਰ ਸਕਦੇ ਹਾਂ। ਬਾਕੀ ਇਹ ਆ ਕਿ ਜੋ ਅਸੀਂ ਮੌਕੇ 'ਤੇ ਵੇਖਿਆ ਉਹਦੇ ਹਿਸਾਬ ਨਾਲ ਸਾਡਾ ਤਾਂ ਮਨ ਦੀ ਇਹੋ ਹੀ ਆ ਕਿ ਜੋ ਵੀ ਕੀਤਾ ਵਾ ਇਹ ਧਰਮ ਪਰਿਵਰਤਨ ਵਾਲਿਆਂ ਦਾ ਲੱਗਦਾ ਕਿ ਜਿਨ੍ਹਾਂ ਨੇ ਇਹ ਨਵਾਂ ਹੀ ਕੰਮ ਫੜਿਆ ਕਿ ਆਪਣੇ ਵੱਲ ਨੂੰ ਇਹਨਾਂ ਨੂੰ ਲੈ ਕੇ ਜਾਣਾ ਅਤੇ ਉਹਨਾਂ ਨੂੰ ਕਹਿਣਾ ਕਿ ਤੁਸੀਂ ਘਰ ਦੇ ਵਿੱਚ ਜੋ ਵੀ ਗੁਟਕਾ ਸਾਹਿਬ ਹੈਗੇ ਨੇ ਜਾਂ ਫਿਰ ਫੋਟੋਆਂ ਹੈਗੀਆਂ ਉਹ ਲੈ ਕੇ ਜਾਓ, ਇਹਨਾਂ ਨੂੰ ਸੁੱਟ ਦਿਓ। ਕਿਉਂਕਿ ਪਿੱਛੇ ਜੇ ਵੀ ਸਾਨੂੰ ਇਹ ਖਬਰਾਂ ਮਿਲੀਆਂ ਨੇ, ਇਹ ਕੀ ਕਰਦੇ ਨੇ ਕਿ ਆਪਣੇ ਧਰਮ ਨੂੰ ਉੱਚਾ ਵਿਖਾਉਂਦੇ ਆ, ਦੂਜਿਆਂ ਨੂੰ ਨੀਵਾਂ ਵਿਖਾਉਂਦੇ ਆ, ਇਸ ਕਰਕੇ ਇਹ ਘਟਨਾ ਜਿਹੜੀਆਂ ਵਾਪਰਦੀਆਂ ਨੇ। ਕਿਉਂਕਿ ਆਪਾਂ ਹੋਰ ਵੀ ਚਲੋ ਦੁਸ਼ਮਣ ਸਮਝਦੇ ਹਾਂ, ਪਰ ਸਾਨੂੰ ਸਮਝਣਾ ਚਾਹੀਦਾ ਵਾ ਕਿ ਸਾਡੇ ਜਿਹੜੇ ਅਸਲ ਦੁਸ਼ਮਣ ਆ ਉਹ ਕੌਣ ਆ, ਅਤੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਸਾਨੂੰ ਖੁਦ ਹੀ ਕਰਨੀ ਪੈਣੀ ਆ। ਸਰਕਾਰਾਂ ਦੇ ਉੱਤੇ ਨਿਰਭਰ ਅਸੀਂ ਨਹੀਂ ਰਹਿ ਸਕਦੇ, ਸਾਨੂੰ ਆਪਣੇ ਦੁਸ਼ਮਣ ਸਾਹਮਣੇ ਵਿਖੰਡੇ ਆ, ਵਿਖੰਡੇ ਆ, ਹੁਣ ਕਿਵੇਂ ਕਰਨਾ ਇਹ ਖਾਲਸਾ ਜਾਣੇ। ਜਿੱਥੇ ਜਿੱਥੇ ਤੁਹਾਨੂੰ ਲੱਭਦੇ ਆ ਪਤਾ ਨਹੀਂ, ਉਹਨਾਂ ਦਾ ਜੋ ਵੀ ਤੁਹਾਡੇ ਹੋ ਸਕਦਾ ਕਰੋ, ਕਿਉਂਕਿ ਇਹਨਾਂ ਨੂੰ ਬਖਸ਼ਣ ਦਾ ਹੁਣ ਸਮਾਂ ਨਹੀਂ ਹੈਗਾ। ਕਾਨੂੰਨ ਤੋਂ ਤਾਂ 1% ਤੁਹਾਨੂੰ ਮਿਲਦੀਆਂ। ਪਿੰਡ ਬਟਾਲਾ ਗ੍ਰੰਥੀਆਂ ਦੇ ਬਾਹਰ ਵੱਲ ਧਾਰੀਵਾਲ ਫਾਰਮ ਹੈਗਾ ਜੋ ਬੰਦ ਪਿਆ, ਉਹਦੇ ਵਿੱਚ ਦਾਣਾ ਮੰਡੀ ਜਿਹੜਾ ਉਹ ਸੀਜ਼ਨ ਹੋਣ ਕਰਕੇ ਲੱਗਦੀ ਹੈ, ਅਤੇ ਉੱਥੋਂ ਬਾਹਰ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਚੌਧਰੀ, ਉਹਨਾਂ ਨੇ ਬਾਹਰ ਆਣ ਕੇ ਵੇਖਿਆ ਕਿ ਫਾਰਮ ਦੇ ਸਾਹਮਣੇ ਸੜਕ ਦੇ ਕਿਨਾਰੇ 3 ਗੁਟਕਾ ਸਾਹਿਬ ਅਤੇ ਗੁਰੂ ਸਾਹਿਬਾਨ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਖਿਲਰੀਆਂ ਪਈਆਂ ਸੀ। ਫਿਰ ਉਹਨਾਂ ਨੇ ਸਾਨੂੰ ਸੂਚਨਾ ਦਿੱਤੀ ਅਤੇ ਹੋਰ ਵੀ ਜਿਹੜੇ ਧਾਰਮਿਕ ਜਥੇਬੰਦੀਆਂ ਨੂੰ ਸੂਚਨਾ ਦਿੱਤੀ, ਅਸੀਂ ਮੌਕਾ 'ਤੇ ਪੁੱਜ ਕੇ ਸਾਰਾ ਉਹਨਾਂ ਦੇ ਬਿਆਨ ਲਿਖ ਕੇ ਅਤੇ ਮੁਕੱਦਮਾ ਦਰਜ ਕਰ ਦਿੱਤਾ। ਨਾਮਲੂਮ ਵਿਅਕਤੀ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ, ਆਪਾਂ ਵੱਖ ਵੱਖ CCTV ਕੈਮਰੇ ਚੈੱਕ ਕਰ ਰਹੇ ਹਾਂ, ਤਫਤੀਸ਼ ਕਰ ਰਹੇ ਹਾਂ, ਜੋ ਵੀ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ਼ ਜਿਹੜੀ ਆ ਉਹ ਸਖ਼ਤ ਕਾਰਵਾਈ ਕੀਤੀ। ਅਮਰਿੰਦਰਪਾਲ ਸਿੰਘ ਬੈਂਸ, ਹਾਂਜੀ ਕੀ ਗੱਲ ਹੋਈ ਅੱਜ ਜਿਹੜੇ ਗੁਰਦਾਸ ਸਾਹਿਬ ਦੀ ਦੇਰ ਸੀਗੀ ਜੀ? ਇਸ ਵੇਲੇ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਪਿੰਡ ਵਡਾਲਾ ਗ੍ਰੰਥੀਆਂ ਵਿੱਚ ਖੜ੍ਹੇ ਹਾਂ, ਔਰ ਇੱਥੇ ਵੀ ਅੱਜ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਆ ਵੀ ਕਿਸੇ ਮੂਰਖ ਪ੍ਰਾਣੀ ਵੱਲੋਂ ਜੋ ਸਾਡੇ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਗਈ ਆ, ਉਹਨਾਂ ਨੂੰ ਇੱਕ ਰੁਮਾਲੇ ਦੇ ਵਿੱਚ ਲਪੇਟ ਕੇ ਔਰ ਸੜਕ ਦੇ ਕੰਢੇ ਉੱਤੇ ਸੁੱਟਿਆ ਗਿਆ, ਔਰ ਉਹਦੇ ਪਿੱਛੇ ਇਸ ਦੀ ਬੰਦੇ ਦੀ ਕੀ ਮਾਨਸਿਕਤਾ ਆ ਇਸ ਬਾਰੇ ਤਾਂ ਕੁਛ ਜਾਣ ਨਹੀਂ ਸਕਦੇ, ਕਿਉਂਕਿ ਬੇਅਦਬੀ ਕਰਨ ਦੇ ਉੱਪਰ ਜਿਹੜਾ ਉੱਤਰ ਆਇਆ ਉੱਥੋਂ ਮਾਨਸਿਕਤਾ ਸਾਫ਼ ਸਪੱਸ਼ਟ ਹੋ ਜਾਂਦੀ ਆ ਵੀ ਕੀ ਇਹ ਕਿਸ ਤਰ੍ਹਾਂ ਪੰਜਾਬ ਦਾ ਮਾਹੌਲ ਕਰਨਾ ਖਰਾਬ ਕਰਨਾ ਚਾਹੁੰਦੇ ਆ।
ਜਾਂ ਕਿਸ ਤਰ੍ਹਾਂ ਇਹ ਸਾਡੇ ਜਿਹੜੇ ਧਰਮਾਂ ਵਿੱਚ ਪਾੜ ਪਾ ਕੇ ਰੱਖਣਾ ਚਾਹੁੰਦੇ ਆ। ਪਰ ਮੈਂ ਸੰਗਤ ਨੂੰ ਇੱਕ ਗੱਲ ਤੋਂ ਜਾਣੂ ਕਰਵਾ ਦਿਆਂ ਕਿ ਪਿਛਲੇ ਲਗਭਗ ਇੱਕ ਹਫ਼ਤੇ ਦੇ ਵਿੱਚ ਜ਼ਿਲ੍ਹੇ ਗੁਰਦਾਸਪੁਰ ਦੇ ਵਿੱਚ ਸੇਮ ਹੀ ਇਸੇ ਤਰੀਕੇ ਦੀਆਂ 3 ਬੇਅਦਬੀ ਦੀਆਂ ਘਟਨਾ ਵਾਪਰੀਆਂ ਨੇ, ਜਿਹੜੀ ਪਹਿਲਾਂ ਪਿੰਡ ਸ਼ਹੂਰ ਦੇ ਵਿੱਚ, ਉਸ ਤੋਂ ਬਾਅਦ ਬਟਾਲਾ ਸ਼ਹਿਰ ਦੇ ਵਿੱਚ, ਔਰ ਅੱਜ ਬਟਾਲਾ ਗ੍ਰੰਥੀਆਂ ਦੇ ਵਿੱਚ। ਅਤੇ ਜਿੱਥੋਂ ਇਹ ਸਾਫ਼ ਲੱਗਦਾ ਆ ਵੀ ਇਹ ਇੱਕ ਪ੍ਰੀ ਪਲੈਨਡ ਉਹਨਾਂ ਬੰਦਿਆਂ ਦੀ ਯੋਜਨਾ ਆ ਜਿਹੜੇ ਧਰਮ ਪਰਿਵਰਤਨ ਕਰਵਾ ਕੇ ਆਪਣੇ ਧਰਮਾਂ ਦੇ ਵਿੱਚ ਸਿੱਖ ਪਰਿਵਾਰਾਂ ਨੂੰ ਲੈ ਕੇ ਜਾ ਰਹੇ ਨੇ, ਔਰ ਉਹਨਾਂ ਦੀ ਮਾਨਸਿਕਤਾ, ਉਹਨਾਂ ਦਾ ਮਾਇੰਡ ਵਾਸ਼ ਕਰਕੇ ਜਾਣ ਬੁੱਝ ਕੇ ਇਹ ਸਭ ਕੁਛ ਕੀਤਾ ਜਾ ਰਿਹਾ। ਤਾਂ ਮੈਂ ਸੰਗਤ ਨੂੰ ਕਹਾਂਗਾ ਵੀ ਇੱਥੇ ਕਿਸੇ ਨੂੰ ਕੋਸਣ ਤੋਂ ਪਹਿਲਾਂ ਸਾਡੀ ਜੋ ਆਪਣੀ ਜ਼ਿੰਮੇਵਾਰੀ ਬਣਦੀ ਆ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ। ਜਿੱਥੇ ਵੀ ਸਾਡੇ ਆਲੇ ਦੁਆਲੇ ਗੁਰੂ ਘਰ ਆ, ਉੱਥੇ ਆਪਣੀ ਪਹਿਰੇਦਾਰੀ ਪੱਕੀ ਕਰੀਏ। ਜਿਹੜੇ ਵੀ ਸਾਡੇ ਧਾਰਮਿਕ ਚਿੰਨ੍ਹ ਨੇ, ਇਤਿਹਾਸਿਕ ਸਥਾਨ ਨੇ, ਜਾਂ ਇਸ ਤਰ੍ਹਾਂ ਦੇ ਗੁਟਕਾ ਸਾਹਿਬ ਨੇ ਜਿਹੜੇ ਸਾਡੇ ਬਾਣੀ ਦੇ ਨਾਲ ਜੁੜੇ ਹੋਏ ਨੇ, ਕੋਈ ਵੀ ਕਿਤਾਬ ਆ, ਉਹਨਾਂ ਦੀ ਸਾਂਭ ਸੰਭਾਲ, ਉਹਨਾਂ ਦੀ ਮਰਿਆਦਾ ਸਾਨੂੰ ਆਪ ਕਾਇਮ ਕਰਨੀ ਪੈਣੀ ਆ। ਸਜ਼ਾ ਦੀ ਗੱਲ ਕਰਾਂ ਤਾਂ ਸਰਕਾਰਾਂ ਤੋਂ ਸਾਨੂੰ ਇਸ ਵੇਲੇ ਕੋਈ ਆਸ ਨਹੀਂ, ਕਿਉਂਕਿ ਲਗਭਗ ਪਿਛਲੇ 10 ਸਾਲਾਂ ਤੋਂ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ, ਪਰ ਰੁਕਣ ਦੇ ਨਾਮ ਨਹੀਂ ਲੈ ਰਹੀਆਂ ਸਜ਼ਾਵਾਂ। ਸਰਕਾਰਾਂ ਵੱਲੋਂ ਜਿਹੜੀਆਂ ਲਾਈਆਂ ਗਈਆਂ ਧਾਰਾਵਾਂ ਨੇ, ਉਹਦਾ ਕਿਸੇ ਨੂੰ ਕੋਈ ਡਰ ਨਹੀਂ, ਨਾ ਹੀ ਇਹਦੇ ਵਿੱਚ ਰੋਕ ਲੱਗ ਰਹੀ ਆ। ਤਾਂ ਮੈਂ ਸੰਗਤ ਨੂੰ ਇਹ ਬੇਨਤੀ ਕਰਾਂਗਾ ਵੀ ਜਿੱਥੇ ਵੀ ਹੁਣ ਕਿਤੇ ਇੱਦਾਂ ਦੀ ਘਟਨਾ ਵਾਪਰਦੀ ਆ, ਪੁਲਿਸ ਨੂੰ ਤਲਾਹ ਦੇਣੀ ਬੰਦ ਕਰ ਦਿਓ, ਗੁਪਤ ਰਹਿ ਕੇ ਆਪਣੇ ਤੌਰ 'ਤੇ ਜੋ ਖਾਲਸਾ ਫੈਸਲਾ ਕਰੇ ਉਹਦੇ ਉੱਤੇ ਆਪਣੀ ਹੁਣ ਆਪ ਸਜ਼ਾ ਤੈਅ ਕਰੋ। ਸਰਕਾਰ ਨੇ ਸਾਡੀ ਨਾ ਕਦੀ ਸੁਣੀ ਆ, ਨਾ ਕਦੀ ਸਾਨੂੰ ਨਿਆਂ ਦਿੱਤਾ ਆ, ਅਤੇ ਨਾ ਹੀ ਸਰਕਾਰ ਤੋਂ ਸਾਨੂੰ ਕੋਈ ਆਸ ਆ।